ਬਿਲਕੁਲ ਠੇਕਾ ਸ਼ਰਾਫ ਦੇਸੀ ਤੁਸੀਂ ਜਰੂਰ ਸੁਣਿਆ ਹੋਵੇਗਾ ਪਰ ਅੱਜ ਤੁਹਾਨੂੰ ਅਸੀਂ ਜੋ ਠੇਕਾ ਦਿਖਾਉਣ ਜਾ ਰਹੇ ਆ ਇਸ ਦਾ ਨਾਮ ਕਿਤਾਬਾਂ ਨਾਲ ਜੁੜਿਆ ਹੋਇਆ ਹੈ ਠੇਕਾ ਕਿਤਾਬਾਂ ਦਾ ਹੈਗਾ ਜਿੱਥੇ ਕੀ ਤੁਹਾਨੂੰ ਵੇਖ ਸਕਦੇ ਹੋ ਸਭ ਤੋਂ ਪਹਿਲੇ ਤੁਹਾਨੂੰ ਨਜ਼ਰ ਮੁਰਾਦ ਨੇ ਪੰਜਾਬੀ ਲਿਟਰੇਚਰ ਤੁਹਾਨੂੰ ਇੱਥੇ ਨਜ਼ਰ ਆਵੇਗਾ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਗਿਆਨ ਤੁਹਾਨੂੰ ਮਿਲੇਗਾ ਪੰਜਾਬ ਦੇ ਇਤਿਹਾਸ ਨਾਲ ਤੁਸੀਂ ਰੂਬਰੂ ਹੋ ਸਕਦੇ ਹੋ ਪੰਜਾਬ ਦੀਆਂ ਜਿਹੜੀਆਂ ਗਾਥਾਵਾਂ ਨੇ ਅਣਸੁਣੀਆਂ ਨੇ ਜਿਹੜੀਆਂ ਉਹਨਾਂ ਤੁਸੀਂ ਇੱਥੇ ਪੜ ਸਕਦੇ ਹੋ ਕਿਉਂਕਿ ਆ ਜਾਂਦਾ ਹੈ ਕਿ ਜਿਹੜਾ ਗਿਆਨ ਹੈ ਉਹ ਸਹੀ ਤੁਹਾਨੂੰ ਕਿਤਾਬਾਂ ਵਿੱਚੋਂ ਹੀ ਮਿਲਦਾ ਹੈ ਵੇਖਸਾ ਤੇ ਲਿਟਰੇਚਰ ਤੋਂ ਨਜ਼ਰ ਆਵੇਗਾ ਇੱਥੇ ਕਾਫੀ ਕਿਤਾਬਾਂ ਇਹੋ ਜੀਆਂ ਹੋਣੀਆਂ ਜੋ ਸ਼ਾਇਦ ਤੁਹਾਨੂੰ ਸ਼ਾਇਦ ਕਿਤੇ ਅਵੇਲੇਬਲ ਸਹਿਜ ਹੀ ਨਾ ਹੋ ਸਕੇ ਪਰ ਇੱਥੇ ਤੁਹਾਨੂੰ ਸਭ ਕੁਝ ਅਵੇਲੇਬਲ ਮਿਲੇਗਾ ਇਹ ਫਰੀਦਕੋਟ ਦੇ ਹੁੱਕੀ ਚੌਕ ਵਿੱਚ ਇੱਕ ਠੇਕਾ ਬਣਾਇਆ ਗਿਆ ਕਿਤਾਬਾਂ ਦਾ ਤਾਂ ਕਿ ਜੋ ਨੌਜਵਾਨ ਪੀੜੀ ਹੈ ਇਸ ਨੂੰ ਪੁੱਠੇ ਪਾਸੋਂ ਕੱਢ ਕੇ ਗਲਤ ਆਤਾਂ ਤੋਂ ਕੱਢ ਕੇ ਚੰਗੇ ਰਸਤੇ ਪਾਇਆ ਜਾਸ ਕੇ ਕਿਤਾਬਾਂ ਵੱਲ ਉਹਨਾਂ ਨੂੰ ਆਕਰਸ਼ਿਤ ਕੀਤਾ ਜਾਸ ਕੇ ਇਹ ਬੀੜਾ ਕੁਝ ਲੜਕੀਆਂ ਵੱਲੋਂ ਵਿਸ਼ੇਸ਼ ਤੌਰ ਤੇ ਉਠਾਇਆ ਗਿਆ ਹੈ ਜੋ ਕਿ ਇੱਥੇ ਬੈਠਦੀਆਂ ਨੇ ਕੋਈ ਵੀ ਵਿਅਕਤੀ ਆ ਕੇ ਇੱਥੋਂ ਬੁੱਕ ਪੜ੍ਹ ਸਕਦਾ ਹੈ ਕੋਈ ਵੀ ਇੱਥੇ ਬੈਠ ਕੇ ਆਪਣਾ ਜਿਹੜਾ ਗਿਆਨ ਹੈ ਉਸ ਨੂੰ ਵਧਾ ਸਕਦਾ ਹੈ ਜਾਂ ਇਹ ਬੁਕਸ ਨੇ ਇੱਥੋਂ ਕੋਈ ਵਿਅਕਤੀ ਔਨਲਾਈਨ ਵੀ ਮੰਗਵਾ ਸਕਦਾ ਹੈ ਤਾਂ ਦੂਜੇ ਪਾਸੇ ਤੁਹਾਨੂੰ ਇੰਗਲਿਸ਼ ਦੀ ਲਿਟਰੇਚਰ ਨਜ਼ਰ ਆਵੇਗਾ ਅਤੇ ਨਾਲ ਦੇ ਨਾਲ ਜੋ ਹਰੀ ਸਿੰਘ ਨਲਵੇ ਵਰਗੇ ਜੋ ਨੇ ਯਸਿਕ ਇਤਿਹਾਸ ਜੋ ਹੈਗਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਜਿਹੜੀ ਹੈ ਇਹੋ ਜਿਹੇ ਤੁਹਾਨੂੰ ਕਿਤਾਬਾਂ ਵੇਖਣ ਨੂੰ ਮਿਲਣਗੀਆਂ ਇੱਥੇ ਪੜਨ ਨੂੰ ਜਿੰਨਾ ਬਾਰੇ ਤੁਸੀਂ ਸ਼ਾਇਦ ਸੁਣਿਆ ਵੀ ਨਾ ਹੋਵੇ ਇਹੋ ਜਿਹਾ ਅਨਮੋਲ ਖਜ਼ਾਨਾ ਕਿਤਾਬਾਂ ਦਾ ਇਹ ਲੋਕ ਇੱਥੇ ਲੈ ਕੇ ਬੈਠੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗੇ ਆਖਿਰਕਾਰ ਜਾਣਾਂਗੇ ਕਿ ਇਹਨਾਂ ਦਾ ਕਿਸ ਤਰੀਕੇ ਦਾ ਮਕਸਦ ਹੈਗਾ ਕਿਉਂ ਲੋੜ ਪਈ ਇਸ ਤਰੀਕੇ ਦਾ ਠੇਕਾ ਖੋਲਣ ਦੀ ਮੈਡਮ ਕਿਨਾਂ ਤੋਂ ਮੇਰਾ ਨਾਮ ਮਨਦੀਪ ਕੌਰ ਖੀਵਾਏ ਜੀ ਅਮਨ ਜੀ ਕਿਉਂ ਕਿਵੇਂ ਮਨ ਵਿੱਚ ਵਿਚਾਰ ਆਇਆ ਤੁਹਾਨੂੰ ਪਹਿਲੇ ਵੇਖਦੇ ਸੀਗੇ ਕਿ ਕਿ ਬੁਕਸ ਲਾ ਕੇ ਸ਼ਹਿਰ ਵਿੱਚ ਤੁਸੀਂ ਕਈ ਵਾਰ ਇਕੱਲੇ ਬੈਠ ਜਾਂਦੇ ਸੀਗੇ ਉਸ ਤੋਂ ਬਾਅਦ ਹੁਣ ਤੁਸੀਂ ਇਹ ਠੇਕਾ ਖੋਲਿਆ ਕਿਤਾਬਾਂ ਜੀ ਅਸੀਂ ਜਿਵੇਂ ਤੁਸੀਂ ਜਾਣਦੇ ਹੋ ਕਿ ਵਿਦਿਆਰਥੀ ਜਦੋਂ ਸੀਗੇ ਬਰਜਿੰਦਰਾ ਕਾਲਜ ਦੇ ਉਦੋਂ ਤੋਂ ਲੈ ਕੇ ਹੀ ਇਹ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਰਹੇ ਹਾਂ ਤਾਂ ਪਹਿਲਾਂ ਅਸੀਂ ਇਹ ਪ੍ਰਦਰਸ਼ਨੀ ਜਗਾ ਜਗਾ ਲਾਉਂਦੇ ਸੀ ਜਿਵੇਂ ਘੰਟਾਕਾਰ ਫਰੀਦਕੋਟ ਦੇ ਵਿੱਚ ਸਾਡੀ ਇਹ ਪ੍ਰਦਰਸ਼ਨੀ ਲੱਗੀ ਹੁੰਦੀ ਸੀ ਤਾਂ ਅਸੀਂ ਆਪਣੀ ਇਹ ਸਟਾਲ ਨੂੰ ਠੇਕਾ ਕਿਤਾਬ ਦਾ ਨਾਮ ਦਿੱਤਾ ਸੀ ਸਾਨੂੰ ਲੱਗਦਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਠੇਕੇ ਤੇ ਜਾਣ ਦਾ ਹੀ ਸ਼ੌਂਕ ਚੜਿਆ ਤਾਂ ਅਸੀਂ ਉਹਨਾਂ ਲਈ ਇੱਕ ਬਦਲਵਾ ਠੇਕਾ ਪੇਸ਼ ਕਰਦੇ ਹਾਂ ਜਿਹੜਾ ਕਿ ਠੇਕਾ ਸ਼ਰਾਬ ਦਾ ਨਹੀਂ ਕਿਤਾਬਾਂ ਦਾ ਹੋਊਗਾ ਹਾਲਾਂਕਿ ਇਸ ਨਾਮ ਤੇ ਵਿਵਾਦ ਵੀ ਹੋਇਆ ਕਿ ਤੁਸੀਂ ਠੇਕੇ ਨੂੰ ਕਿਤਾਬਾਂ ਨਾਲ ਕਿਉਂ ਜੋੜ ਰਹੇ ਹੋ ਤਾਂ ਸਾਡਾ ਉਹਨਾਂ ਨੂੰ ਜਵਾਬ ਇਹ ਸੀ ਕਿ ਜੇਕਰ ਠੇਕਾ ਸ਼ਬਦ ਸੁਣ ਕੇ ਤੁਹਾਡੇ ਮਨ ਦੇ ਵਿੱਚ ਸ਼ਰਾਬ ਆਉਂਦੀ ਹੈ ਤਾਂ ਇਹ ਤੁਹਾਡੀ ਗਲਤੀ ਹੈ ਇਹ ਕਿਤਾਬ ਦੀ ਗਲਤੀ ਜਾਂ ਫਿਰ ਇਹ ਠੇਕੇ ਸ਼ਬਦ ਦੀ ਗਲਤੀ ਨਹੀਂ ਹੈ ਤਾਂ ਪੰਜਾਬ ਦੇ ਨੌਜਵਾਨਾਂ ਤੇ ਜਿਹੜਾ ਟੈਗ ਲੱਗ ਚੁੱਕਿਆ ਹੈ ਕਿ ਇਹ ਵਿਗੜ ਚੁੱਕੇ ਨੇ ਇਹ ਵਿਦੇਸ਼ਾਂ 'ਚ ਜਾ ਰਹੇ ਨੇ ਜਾਂ ਇਹਨਾਂ ਇਹ ਬੌਧਿਕ ਤੌਰ ਤੇ ਕੰਗਾਲ ਹੋ ਚੁੱਕੇ ਉਸ ਨੂੰ ਲਾਉਣ ਦੀ ਇੱਕ ਨਿੱਕੀ ਜੀ ਕੋਸ਼ਿਸ਼ ਹੈ ਮੈਨੂੰ ਲੱਗਦਾ ਹੈ ਕਿ ਜੇਕਰ ਬਹੁਤ ਸਾਰੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਅਨਲੋਡਿੰਦੀਆਂ ਅਸੀਂ ਖਰੀਦ ਲੈਣੇ ਆ ਜਿਹੜੀਆਂ ਸਾਨੂੰ ਚਾਹੀਦੀਆਂ ਵੀ ਨਹੀਂ ਹੁੰਦੀਆਂ ਪਰ ਐਡਸ ਦੇ ਰਾਹੀਂ ਸਾਡੇ ਮਨਾਂ ਦੇ ਵਿੱਚ ਬਿਠਾ ਦਿੱਤੀਆਂ ਜਾਂਦੀਆਂ ਤਾਂ ਉਸੇ ਤਰ੍ਹਾਂ ਜੇਕਰ ਅਸੀਂ ਕਿਤਾਬਾਂ ਨੂੰ ਵੀ ਬਾਜ਼ਾਰ ਦੇ ਵਿੱਚ ਉਪਲਬਧ ਕਰਵਾਵਾਂਗੇ ਤਾਂ ਨੌਜਵਾਨ ਜ਼ਰੂਰ ਉਹਨਾਂ ਨੂੰ ਖਰੀਦਣਗੇ ਬਹੁਤ ਔਖਾ ਕੰਮ ਜਿਹੜਾ ਤੁਸੀਂ ਚੁਣਿਆ ਕਿਉਂਕਿ ਆਪਣੀ ਪੀੜ੍ਹੀ ਜਿਹੜੀ ਹੈਗੀ ਹੈ ਮਾਪੇ ਬੱਚੇ ਨੂੰ ਕੁਝ ਸਿਖਾ ਰਹੇ ਨੇ ਸਿੱਖਣਾ ਕੁਝ ਹੁੰਦਾ ਹੈ ਤਾਂ ਇੱਕ ਬਹੁਤ ਵੱਡੇ ਬਦਲਾਅ ਦੀ ਗੱਲ ਕਰ ਰਹੇ ਹਾਂ ਕੀ ਲੱਗਦਾ ਹੈ ਕੰਫੀਡੈਂਸ ਹੈਗਾ ਕਰ ਪਾਉਗੇ ਜੀ ਬਿਲਕੁਲ ਪਿਛਲੇ 3 ਸਾਲ ਤੋਂ ਅਸੀਂ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਆ ਤੇ ਸਾਡਾ ਹੰਗਾਰ ਜਿਹੜਾ ਸਾਨੂੰ ਹੰਗਾਰਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਸਾਨੂੰ ਹੱਲਾਸ਼ੇਰੀਆਂ ਆ ਰਹੀਆਂ ਨੇ ਕਿਤਾਬਾਂ ਜ਼ਿਆਦਾ ਖਰੀਦੀਆਂ ਜਾ ਰਹੀਆਂ ਹਾਲਾਂਕਿ ਆਟੇ ਦੇ ਵਿੱਚ ਭਲਾਂ ਲੂਣ ਬਰਾਬਰ ਹੈ ਪਰ ਅਸੀਂ ਇਹ ਮਾਤਰਾ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਸਾਨੂੰ ਬਣਿਆ ਬਣਾਇਆ ਗਿਆਨ ਪਰੋਸ ਰਿਹਾ ਹੈ ਸੋਸ਼ਲ ਮੀਡੀਆ ਜੋ ਚਾਹੁੰਦਾ ਉਹ ਸਾਡੇ ਦਿਮਾਗਾਂ ਦੇ ਵਿੱਚ ਪੈਂਦਾ ਲੇਕਿਨ ਕਿਤਾਬਾਂ ਜੋ ਅਸੀਂ ਖੁਦ ਚਾਹੁੰਨੇ ਆ ਕਿਹੋ ਜਿਹਾ ਗਿਆਨ ਉਹ ਅਸੀਂ ਖੁਦ ਪਾਲ ਸਕਦੇ ਹਾਂ ਕਿਤਾਬਾਂ ਦੇ ਵਿੱਚੋਂ ਸਾਨੂੰ ਮਿਲਦਾ ਹੈ ਕਿਉਂਕਿ ਕਿਤਾਬਾਂ ਸਵੈ ਅਧਿਐਨ ਦੀ ਆਦਤ ਪਾਉਂਦੀਆਂ ਨੇ ਤਾਂ ਇਸ ਕਰਕੇ ਸਾਡੇ ਜਿਹੜੇ ਖਰੀਦਦਾਰ ਗਾਹਕ ਪਾਠਕ ਨੇ ਉਹਨਾਂ ਦੀ ਮੰਗ ਸੀ ਕਿ ਤੁਹਾਡਾ ਨਿਰੰਤਰ ਸੇਵਾ ਦੇਣ ਲਈ ਕੋਈ ਸਥਾਨ ਹੋਣਾ ਚਾਹੀਦਾ ਤਾਂ ਉਹ ਹਮੇਸ਼ਾ ਸਾਨੂੰ ਪੁੱਛਦੇ ਸੀ ਕਿ ਤੁਹਾਡੀ ਦੁਕਾਨ ਕਿੱਥੇ ਹੈ ਪਰ ਇਸ ਤਰ੍ਹਾਂ ਦਾ ਕੋਈ ਟਿਕਾਣਾ ਨਹੀਂ ਸੀ ਤਾਂ ਹੁਣ ਨਿਰੰਤਰ ਸੇਵਾਵਾਂ ਦੇਣ ਦੇ ਲਈ ਅਸੀਂ ਠੇਕਾ ਕਿਤਾਬ ਫਰੀਦਕੋਟ ਦੇ ਹੁੱਕੀ ਚੌਂਕ ਦੇ ਵਿੱਚ ਖੋਲ੍ਹਿਆ ਹੈ ਗੰਨੇ ਦੇ ਰਸ ਵਾਲਿਆਂ ਦੇ ਪਿੱਛੇ ਇਹ ਠੇਕਾ ਕਿਤਾਬ ਨਿਰੰਤਰ ਰੋਜ਼ ਤੁਹਾਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਸੇਵਾਵਾਂ ਦੇਵੇਗਾ ਤੁਸੀਂ ਇੱਥੇ ਪਰਿਵਾਰਾਂ ਸਮੇਤ ਆ ਸਕਦੇ ਹੋ ਇਹ ਸਿਰਫ ਪੁਰਸ਼ਾਂ ਲਈ ਬਣਿਆ ਹੋਇਆ ਠੇਕਾ ਨਹੀਂ ਇੱਥੇ ਔਰਤਾਂ ਵੀ ਆਉਣ ਤੇ ਇੱਥੇ ਬੱਚੇ ਵੀ ਆਉਣ ਸਾਰਿਆਂ ਦਾ ਸਵਾਗਤ ਹੈ ਜੀ ਜਨਰਲ ਲਿਟਰੇਚਰ ਤੁਸੀਂ ਰੱਖਿਆ ਇੱਥੇ ਇਸ ਦੇ ਬਾਰੇ ਜਨਾ ਜਾਣਗੇ ਇਹ ਵਿਸ਼ੇ ਤੋਂ ਤਾਂ ਸ਼ਾਮਿਲ ਕੀ ਕੀ ਕੀਤਾ ਗਿਆ ਕਿਵੇਂ ਸਿਲੈਕਸ਼ਨ ਕਿਵੇਂ ਹੋਈ ਕਿ ਅਸੀਂ ਕੀ ਕੁਝ ਰੱਖਣਾ ਜੀ ਮੈਂ ਪੰਜਾਬੀ ਸਾਹਿਤ ਦੀ ਖੁਦ ਵਿਦਿਆਰਥਣ ਇਸ ਲਈ ਪੰਜਾਬੀ ਸਾਹਿਤ ਨਾਲ ਪਹਿਲਾਂ ਦੀ ਜੁੜੀ ਹੋਈ ਸੀ ਤਾਂ ਪੰਜਾਬੀ ਦਾ ਜਿਹੜਾ ਪੁਰਾਣਾ ਕਲਾਸਿਕਲ ਸਾਹਿਤ ਹੈ ਉਹ ਭਾਈ ਵੀਰ ਸਿੰਘ ਤੋਂ ਸ਼ੁਰੂ ਹੋ ਕੇ ਭਾਈ ਵੀਰ ਸਿੰਘ ਤੋਂ ਸ਼ੁਰੂ ਹੋ ਕੇ ਭਾਈ ਨਾਨਕ ਸਿੰਘ ਮੋਹਨ ਸਿੰਘ ਹੋਰਾਂ ਦਾ ਸਾਰਾ ਲਿਟਰੇਚਰ ਸਾਡੇ ਕੋਲੇ ਹੈ ਇਸ ਤੋਂ ਇਲਾਵਾ ਪੰਜਾਬੀ ਦੇ ਵਿੱਚ ਜੋ ਨਵਾਂ ਸ਼ਾਪਰੀਹਾਏ ਉਹ ਸਾਰਾ ਅਸੀਂ ਸ਼ਾਮਲ ਕੀਤਾ ਹੈ ਜਿਹੜੇ ਅੱਜ ਕੱਲ ਦੇ ਨਵੇਂ ਲੇਖਕ ਮੁੰਡੇ ਕੁੜੀਆਂ ਉੱਭਰ ਰਹੇ ਨੇ ਉਹਨਾਂ ਦਾ ਨਾਵਲ ਕਹਾਣੀਆਂ ਵਰਤਕ ਹਰੇਕ ਤਰ੍ਹਾਂ ਦਾ ਲਿਟਰੇਚਰ ਤੁਹਾਨੂੰ ਇੱਥੇ ਮਿਲੂਗਾ ਜਿਹੜਾ ਨਵਾਂ ਸ਼ਾਪਰੀਆ ਬੇਸਿਕਲੀ ਸਾਡਾ ਮਕਸਦ ਹੈ ਸਾਹਿਤ ਦੀ ਪਹੁੰਚ ਨੂੰ ਸੌਖਿਆ ਕਰਨਾ ਕਿ ਕਿਸੇ ਕੋਲੇ ਇਹ ਬਹਾਨਾ ਨਾ ਹੋਵੇ ਕਿ ਸਾਨੂੰ ਕਿਤਾਬ ਉਪਲਬਧ ਨਹੀਂ ਹੁੰਦੀ ਇਸ ਲਈ ਅਸੀਂ ਰਾਇਤਾਂ ਦੇ ਕੇ ਤੁਹਾਡੇ ਤੱਕ ਇਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫਰੀਦਕੋਟ ਨਵਾਸੀਆਂ ਤੋਂ ਮੈਨੂੰ ਪੂਰਨ ਆਸ ਹੈ ਕਿ ਜਿਵੇਂ ਸਾਡੀਆਂ ਪ੍ਰਦਰਸ਼ਨੀਆਂ ਨੂੰ ਪਿਆਰ ਦਿੰਦੇ ਨੇ ਉਸ ਤਰ੍ਹਾਂ ਠੇਕੇ ਨੂੰ ਵੀ ਇਹ ਪਿਆਰ ਇਸ ਤਰ੍ਹਾਂ ਦੇਣਗੇ ਜੀ ਆਖਰੀ ਸਵਾਲ ਹੈ ਮੇਰਾ ਰਾਜਨੀਤੀ ਵਿੱਚ ਜਾਣਾ ਚਾਹੁੰਦੇ ਹਾਂ ਉਮੀਦ ਹੈ ਰਾਜਨੀਤੀ ਵਿੱਚ ਜਾਣ ਦੀ ਕਿਉਂਕਿ ਭਗਵੰਨ ਸਾਹਿਬ ਨੇ ਜਿਵੇਂ ਪਿੱਛੇ ਮੜਗਰ ਜੀ ਤੇ ਭਗਤ ਸਿੰਘ ਜੀ ਦੀ ਤਸਵੀਰ ਲਾਈ ਹੈ ਤੁਸੀਂ ਸੇਮ ਉਸੇ ਤਰੀਕੇ ਨਾਲ ਲਗਾਈ ਹੋਈ ਹੈ ਨਹੀਂ ਭਗਵੰਤ ਮਾਨ ਹੋਰਾਂ ਨੇ ਲਈ ਇਹ ਵਧੀਆ ਗੱਲ ਹੈ ਪਰ ਸਾਡੇ ਤਾਂ ਰੋਲ ਮਾਡਲ ਭਗਵੰਤ ਮਾਨ ਹੋਰਾਂ ਦੇ ਤਸਵੀਰ ਲਾਉਣ ਤੋਂ ਪਹਿਲਾਂ ਦੇ ਨੇ ਜਿਹੜੇ ਅੰਬੇਡਕਰ ਨੇ ਇਹਨਾਂ ਨੇ ਦੱਬੇ ਕੁਚਲਿਆਂ ਦੀ ਗੱਲ ਕੀਤੀ ਹੈ ਤੇ ਭਗਤ ਸਿੰਘ ਨੇ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇਨਕਲਾਬ ਦੀ ਚਿੰਗ ਜਗਾਈ ਸੀ ਇਹ ਸਾਡੇ ਪਹਿਲਾਂ ਦੇ ਰੋਲ ਮਾਡਲ ਨੇ ਵਧੀਆ ਗੱਲ ਹੈ ਸਾਨੂੰ ਖੁਸ਼ੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਵੀ ਇਹਨਾਂ ਤਸਵੀਰਾਂ ਨੂੰ ਮਾਨਤਾ ਦਿੱਤੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਫੇਰ ਇਹਨਾਂ ਬਾਰੇ ਪਿਆਰ ਜਗਾਇਆ ਹੈ ਸੋ ਰਾਜਨੀਤੀ bina ਕਿਸੇ ਦਾ ਵੀ ਸਰਦਾਰੀ ਮੈਨੂੰ ਲੱਗਦਾ ਹੈ ਕਿ ਅਸੀਂ ਰਾਜਨੀਤੀ ਦੇ ਵਿੱਚ ਇਨਟਰਾ ਲਈਏ ਚਾਹੇ ਨਾਲੇਏ ਰਾਜਨੀਤੀ ਸਾਡੇ ਵਿੱਚ ਜ਼ਰੂਰ ਲੈਂਦੀ ਹੈ ਇਸ ਲਈ ਇੰਟਰਸਟ ਲੈਂਦੇ ਵੀ ਰਹਾਂਗੇ ਜੇ ਲੋੜ ਪਈ ਤਾਂ ਵਿੱਚ ਵੀ ਕੁੱਦ ਲਵਾਂਗੇ ਜੀ ਬਿਲਕੁਲ ਤਾਂ ਖਿਵਾ ਜੀ ਬੜੇ ਵਧੀਆ ਤਰੀਕੇ ਨਾਲ ਸ਼ਬਦਾਂ ਨਾਲ ਖੇਡਦੇ ਨੇ ਜਿਸ ਤਰੀਕੇ ਸਿਲੈਕਸ਼ਨ ਕਰਦੇ ਨੇ ਕਿ ਕਿਹੜੇ ਵਰਡ ਚੂਜ਼ ਕਰਨੇ ਨੇ ਮੈਡਮ ਬੁਕਸ ਲਿਣ ਆਏ ਹੋ ਕਿਹੜੀ ਬੁਕਸ ਚੂਜ਼ ਕੀਤੀ ਇਹ ਜੀ ਮਹਾਰਾਜਾ ਰਣਜੀਤ ਸਿੰਘ ਵੈਸੇ ਮੈਂ ਵੀ ਪੰਜਾਬੀ ਸਾਹਿਤ ਦੀ ਵਿਦਿਆਰਥਣ ਆ ਇਸ ਲਈ ਜਿਆਦਾ ਇੰਟਰਸਟ ਮੇਰਾ ਜਿਵੇਂ ਨਾਵਲਾਂ ਦੇ ਵਿੱਚ ਹੈਗਾ ਜਿਵੇਂ ਨਾਨਕ ਸਿੰਘ ਦੇ ਨਾਵਲ ਹੋ ਗਏ ਅਮਰਤਾ ਪ੍ਰੀਤਮ ਜੀ ਤੁਸੀਂ ਵੇਖ ਸਕਦੇ ਹੋ ਰਸੀਦੀ ਟਿਕਟ ਨੰਨੀਆਂ ਸਵੈ ਜੀਵਨੀਆਂ ਜਿਵੇਂ ਬਲਵੰਤ ਗਰਗੇ ਦੀ ਨੰਗੀ ਧੁੱਪ ਹੋ ਗਈ। ਇਸੇ ਤਰ੍ਹਾਂ ਹੁਣ ਮੈਂ ਥੋੜਾ ਜਿਹਾ ਸਿੱਖ ਇਤਿਹਾਸ ਵੱਲ ਹੋਈਆਂ ਜਿਵੇਂ ਕਿ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਕਿਤਾਬ ਵੇਖ ਰਹੀ ਸੀ। ਤਾਂ ਬਹੁਤ ਵਧੀਆ ਲੱਗਦਾ ਵੀ ਇਹਨਾਂ ਨੇ ਇਹ ਠੇਕਾ ਕਿਤਾਬ ਖੋਲ੍ਹਿਆ ਪਹਿਲਾਂ ਮਤਲਬ ਪਹਿਲਾਂ ਇਸ ਤਰ੍ਹਾਂ ਵੀ ਸਾਡੇ ਕੋਲ ਕੋਈ ਸਾਧਨ ਨਹੀਂ ਸੀਗਾ ਵੀ ਅਸੀਂ ਕਿਤਾਬਾਂ ਤੱਕ ਪਹੁੰਚੀਏ ਕਿਵੇਂ। ਇਹਨਾਂ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਵੀ ਇਹਨਾਂ ਨੇ ਸਾਨੂੰ ਇੱਕ ਸਾਧਨ ਦਿੱਤਾ ਹੈ। ਪਹਿਲਾਂ ਹੋ ਸਕਦਾ ਆਨਲਾਈਨ 'ਚ ਬਹੁਤ ਬੱਚਿਆਂ ਦੀ ਦਿੱਕਤ ਹੋਵੇ ਵੀ ਅਸੀਂ ਆਨਲਾਈਨ ਕਿਤਾਬਾਂ ਮੰਗਵਾਉਣੀਆ ਕਿਵੇਂ ਨੇ। ਹਣ ਜਿਵੇਂ ਇਹਨਾਂ ਨੇ ਸਾਨੂੰ ਵਧੀਆ ਸਥਾਨ ਵੀ ਦਿੱਤਾ ਵੀ ਅਸੀਂ ਇੱਥੇ ਆ ਕੇ ਬੈਠ ਕੇ ਪੜ੍ਹ ਵੀ ਸਕਦੇ ਹਾਂ ਕਿਤਾਬਾਂ ਤੇ ਅਸੀਂ ਖਰੀਦ ਸਕਦੇ ਹਾਂ ਤੇ ਆਮ ਨਾਲੋਂ ਥੋੜੇ ਜੇ ਘੱਟ ਲੈਸ ਤੇ ਸਾਨੂੰ ਇਹ ਕਿਤਾਬਾਂ ਦਿੰਦੇ ਨੇ ਬਹੁਤ ਵਧੀਆ ਲੱਗਦਾ ਜੀ ਕਹਿੰਦੇ ਸਾਹਿਤ ਪੜਨ ਵਾਲੇ ਬੰਦੇ ਜਿਹੜੇ ਵਿਅਕਤੀ ਹੁੰਦੇ ਨੇ ਬੜੇ ਵੱਖਰੀ ਸੋਚ ਵਾਲੇ ਵੱਖਰੇ ਕਿਸਮ ਦੇ ਹੁੰਦੇ ਨੇ ਤੁਸੀਂ ਇਸ ਤਰੀਕਾ ਦੱਸ ਰਹੇ ਹੋ ਕਿ ਬੜੀ ਪੁਰਾਣੇ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ ਬੜੀ ਵਧੀਆ ਵਧੀਆ ਨਵਲਸ ਪੜ੍ਹ ਚੁੱਕੇ ਹਾਂ ਕੀ ਫਰਕ ਮਹਿਸੂਸ ਕਰਦੇ ਹੋ ਸਾਹਿਤ ਨਾਲ ਕਿਵੇਂ ਜੋੜੋਗੇ ਲੋਕਾਂ ਨੂੰ ਕਿਵੇਂ ਲੋਕ ਜੁੜਦੇ ਨੇ ਹਾਂਜੀ ਪਹਿਲਾਂ ਜਿਵੇਂ ਲੱਗਦਾ ਸੀ ਵੀ ਬਸ ਵੀ ਜਿੰਦਗੀ ਜਿਵੇਂ ਆਏ ਵੀ ਜੇ ਸਹਿਤ ਨਾ ਪੜਿਆ ਹੁੰਦਾ ਤਾਂ ਸ਼ਾਇਦ ਉਵੇਂ ਜੀ ਚਲੇ ਜਾਂਦੇ ਜਿਵੇਂ ਹਨ ਇਸ ਤਰ੍ਹਾਂ ਕਹਿ ਸਕਦਾ ਵੀ ਜਿਵੇਂ ਮਨੁੱਖ ਨੂੰ ਮਨੁੱਖ ਹੋਣ ਦਾ ਦਰਜਾ ਹੀ ਕਿਤਾਬਾਂ ਦਿੰਦੀਆਂ ਵੀ ਜੇ ਆਪਾਂ ਕਿਤਾਬਾਂ ਪੜਾਂਗੇ ਤਾਂ ਆਪਾਂ ਜ਼ਿੰਦਗੀ ਜਿਉਣੀ ਕਿਵੇਂ ਹੈ ਹਨ ਉਹ ਸਾਰਾ ਕਿਤਾਬਾਂ ਹੀ ਦੱਸਦੀਆਂ ਨਹੀਂ ਤੇ ਵੈਸੇ ਆਮ ਜਿਵੇਂ ਮਨੁੱਖ ਧਰਤੀ ਤੇ ਆਉਂਦਾ ਚਲੋ ਉਹ ਇਦੋਂ ਬਾਅਦ ਚ ਵਿਆਹ ਹੋ ਗਿਆ ਬਾਲ ਬੱਚੇ ਹੋ ਗਏ ਇਦੋਂ ਬਾਅਦ ਚ ਮੌਤ ਹੋ ਗਈ ਇਹ ਇਹ ਸਾਰਾ ਪ੍ਰੋਸੈਸ ਜਿਹੜਾ ਇਹ ਚੰਗੀ ਤਰ੍ਹਾਂ ਜਿਉਂ ਆ ਕਿਵੇਂ ਜਾ ਸਕਦਾ ਵੀ ਆਪ ਦੇ ਮਤਲਬ ਦਿਲ ਦੀਆਂ ਰੀਝਾਂ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਸਾਰਾ ਕਿਤਾਬਾਂ ਹੀ ਦੱਸਦੀਆਂ। ਬਿਲਕੁਲ ਤਾਂ ਇਹ ਉਹ ਨੌਜਵਾਨ ਨੇ ਜਿਹੜੇ ਕੁਝ ਵੱਖਰਾ ਕਰਨ ਲਈ ਤੁਰੇ ਨੇ ਕਿਉਂਕਿ ਕਹਿੰਦੇ ਨੇ ਕਿ ਜਿਸ ਨੂੰ ਨਸ਼ਾ ਲੱਗ ਜੇ ਉਹ ਨਸ਼ਾ ਨਹੀਂ ਛੱਡ ਸਕਦਾ ਤਾਂ ਸੇਮ ਐਸੇ ਤਰੀਕੇ ਨਾਲ ਜਿਸ ਨੂੰ ਕਿਤਾਬਾਂ ਪੜ੍ਹਨ ਦਾ ਨਸ਼ਾ ਲੱਗ ਜੇ ਕਿਤਾਬਾਂ ਪੜ੍ਹਨ ਦੀ ਲਤ ਲੱਗ ਜੇ ਉਹ ਇਹਨਾਂ ਬਿਨਾ ਨਹੀਂ ਰਹਿ ਸਕਦਾ ਅਤੇ ਉਹਨਾਂ ਲੋਕਾਂ ਦੀ ਜ਼ਰੂਰਤ ਨੂੰ ਵਿਸ਼ੇਸ਼ ਤੌਰ ਤੇ ਪੂਰਾ ਕਰਦੇ ਹੋਏ ਇਹਨਾਂ ਨੌਜਵਾਨ ਲੜਕੀਆਂ ਵੱਲੋਂ ਇਹ ਉਪਰਲਾ ਕੀਤਾ ਗਿਆ ਹੈ ਕੋਈ ਵੀ ਵਿਅਕਤੀ ਕੋਈ ਵੀ ਮਹਿਲਾ ਕੋਈ ਵੀ ਬੱਚਾ ਇੱਥੇ ਆ ਕੇ ਆਪਣੀ ਨੋਲੇਜ ਨੂੰ ਵਧਾ ਸਕਦਾ ਹੈ। ਸੇਵਾ ਮਾਦਨ ਲਈ ਰੋਜ਼ਾਨਾ ਇੱਥੇ ਬੈਠਦੇ ਨੇ ਇਹ ਲੋਕ ਅਤੇ ਫਰੀਦਕੋਟ ਵਿੱਚ ਸ਼ੁਰੂਆਤ ਐਸ ਦੀ ਹੋ ਚੁੱਕੀ ਹੈ ਇਤਿਹਾਸਿਕ ਕਿਤਾਬਤ ਉਹਨਾਂ ਇੱਥੇ ਮਿਲ ਜਾਣਗੀਆਂ ਲਿਟਰੇਚਰ ਵੀ ਤੁਹਾਨੂੰ ਮਿਲ ਜਾਵੇਗਾ ਜਿਸ ਨੂੰ ਪੜ੍ਹ ਕੇ ਤੁਸੀਂ ਸਿੱਖ ਇਤਿਹਾਸ ਬਾਰੇ ਜਾਂ ਪੰਜਾਬ ਬਾਰੇ ਪੰਜਾਬੀ ਬਾਰੇ ਜਾਂ ਦੁਨੀਆਦਾਰੀ ਬਾਰੇ तमाम ਜੋ ਚੰਗੀਆਂ ਗੱਲਾਂ ਨੇ ਉਹ ਪੜ ਸਕਦੇ ਹੋ ਸਿੱਖ ਸਕਦੇ ਹੋ ਅਤੇ ਆਪਣੇ ਜੀਵਨ ਵਿੱਚ ਜੋ ਅੱਗੇ ਲੈ ਕੇ ਜਾਣਾ ਹੁੰਦਾ ਹੈ ਜੋ ਚੰਗਾ ਕਰਨਾ ਹੁੰਦਾ ਹੈ ਉਸ ਦੇ ਲਈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਫਰੀਦਕੋਟੋਂ ਕੈਮਰਾ ਬਥਰ ਰਾਜੇਸ ਬਾਗੜ ਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक ऐना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8437494647 8437494648 बाबा फतेह खान पंजाब दे नम्ब ਨੰਬਰ 1 ਤਾਂਤਰਿਕ ਬੰਗਾਲ ਤੋਂ ਸਿੱਧੀ ਪ੍ਰਾਪਤ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚਨਪਨ ਜਾਦੂ ਟੋਨਾ ਲਵ ਮੈਰਿਜ ਮੋਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਸੰਪਰਕ ਕਰੋ ਬਾਬਾ ਫਤਿਹ ਖਾਨ 9956 35435 78